ਤੁਸੀਂ ਸਾਡੇ ਯੂਟਿਊਬ ਚੈਨਲ MH1 ਹੈਪੀ ਸ਼ੇਰ ਨੂੰ ਸਬਸਕ੍ਰਾਈਬ ਕਰਤਾ ਘੰਟੀ ਵਜਾਤੀ, ਨੋਟੀਫਿਕੇਸ਼ਨ ਦਾ ਭੇਜੋ। ਸ਼ੇਰੂ, ਬੰਦੇ ਨੂੰ ਥੋੜੀ ਬਹੁਤ ਅਕਲ ਤੋਂ ਤਾਂ ਕੰਮ ਲੈਣਾ ਚਾਹੀਦਾ ਹੈ। ਇਹ ਗੱਲ ਬੰਦੇ ਨੂੰ ਕਹੇ, ਕੁੱਤੇ ਨੂੰ ਕਹੀ ਜਾਂਦੀ ਹੈ। ਹੈ, ਇਹ ਕੋਈ ਬੰਦਾ ਹੈ ਨਾ? ਹੋਰ ਇਹ ਪਜਾਮਾ। ਸ਼ੇਰੂ, ਤੂੰ ਇਹਨੂੰ ਬੰਦਾ ਸਮਝਦਾ? ਮੈਂ ਤਾਂ ਗਧਾ ਸਮਝਦਾ। ਤੂੰ ਮੇਰੀ ਛੱਡ, ਆਪਣੇ ਬਾਰੇ ਦੱਸ। ਤੂੰ ਭਾਜੀ ਨੂੰ ਬੰਦਾ ਹੀ ਨਹੀਂ ਸਮਝਦੀ? ਹੈ, ਬੰਦੇ ਕੋਈ ਏਦਾਂ ਦੀਆਂ ਹਰਕਤਾਂ ਕਰਦੇ ਨੇ? ਹਰਕਤਾਂ ਭਾਜੀ ਦੀਆਂ ਚਾਹੇ ਬਾਂਦਰ ਵਰਗੀਆਂ ਨੇ, ਇਹਦਾ ਮਤਲਬ ਇਹ ਨਹੀਂ ਕਿ ਤੂੰ ਭਾਜੀ ਨੂੰ ਬੰਦਾ ਹੀ ਨਾ ਸਮਝੇ। ਹੈ, ਬੰਦੇ ਕੋਈ ਏਦਾਂ ਦੇ ਹੁੰਦੇ ਆ ਸ਼ੇਰੂ? ਮੈਂ ਦੇਖਿਆ ਕਈ ਏਦਾਂ ਦੇ ਗੈਂਡੇ ਜੇ, ਪਰ ਹੁੰਦੇ ਤਾਂ ਬੰਦੇ ਹੀ ਨੇ। ਸ਼ੇਰੂ ਤੇ ਬੱਚੇ, ਮੈਂ ਇਹਦੀ ਸ਼ਕਲ ਦੀ ਗੱਲ ਨਹੀਂ ਕਰ ਰਹੀ। ਸ਼ਕਲ ਦੀ ਗੱਲ ਵੀ ਕਰ, ਐ ਲੱਗਦਾ ਜਿਵੇਂ ਕੱਦੂ ਟੀਕਾ ਲਾ ਕੇ ਪਕਾਇਆ ਹੁੰਦਾ, ਚਾਹੇ ਟੀਕਾ ਲਾ ਕੇ ਪਕਾਇਆ, ਪਰ ਹੈਗਾ ਤਾਂ ਬੰਦਾ ਹੀ ਹੈ। ਹੈ, ਅੱਜ ਮੈਂ ਇੱਕ ਗੱਲ ਦੇਖ ਲਈ ਸ਼ੇਰੂ, ਕੁੱਤਿਆਂ ਨੂੰ ਵੀ ਅਕਲ ਨਹੀਂ ਹੁੰਦੀ। ਆ ਦੇਖ ਲੋ ਭਾਜੀ, ਹੁਣ ਤੁਹਾਨੂੰ ਕੁੱਤਾ ਕਹੀ ਜਾਂਦੀ ਹੈ। ਹੈ ਸਾਲਿਆ, ਇਹ ਕੱਟ ਕਹਿੰਦੀਆਂ, ਤੂੰ ਕੁਝ ਜ਼ਿਆਦਾ ਹੀ ਕਹਿਣਾ। Thanks for watching. ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ। ਹੈ।